ਫਾਜ਼ਿਲਕਾ ਦੇ ਪਿੰਡ ਸ਼ਾਹਪੁਰਾ ਦੇ ਵਿੱਚ ਝਗੜੇ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਮਾਮਲੇ ਦੇ ਵਿੱਚ ਜ਼ਖਮੀਆਂ ਤੋਂ ਘਟਨਾ ਬਾਰੇ ਜਾਣਕਾਰੀ ਲੈਣ ਦੇ ਲਈ ਪਹੁੰਚੇ ਜਲਾਲਾਬਾਦ ਦੇ ਡੀਐਸਪੀ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਮਾਮਲੇ ਦੀ ਜਾਂਚ। ਫਾਜ਼ਿਲਕਾ ਦੇ ਪਿੰਡ ਸ਼ਾਹਪੁਰਾ ਦੇ ਵਿੱਚ ਅੱਜ ਇੱਕ ਝਗੜੇ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਦਕਿ ਤਿੰਨ ਵਿਅਕਤੀ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਘਟਨਾ ਸੰਬੰਧੀ ਜਾਣਕਾਰੀ ਲੈਣ ਦੇ ਲਈ ਜਲਾਲਾਬਾਦ ਦੇ ਡੀਐਸਪੀ ਅਤੁਲ ਸੋਨੀ ਸਿਵਲ ਹਸਪਤਾਲ ਦੇ ਵਿੱਚ ਪਹੁੰਚੇ ਜਿਨ੍ਹਾਂ ਵੱਲੋਂ ਜ਼ਖਮੀਆਂ ਦੇ ਨਾਲ ਮੁਲਾਕਾਤ ਕੀਤੀ ਗਈ। ਜ਼ਖਮੀਆਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਡੀਐਸਪੀ ਜਲਾਲਾਬਾਦ ਅਤੁਲ ਸੋਨੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਵੀ ਝਗੜਾ ਹੋ ਚੁੱਕਿਆ ਅਤੇ 2022 ਦੇ ਵਿੱਚ ਪਰਚਾ ਵੀ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨੇ ਘਟਨਾ ਸਾਹਮਣੇ ਆਈ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਬੰਦੀ ਕਾਰਵਾਈ ਕੀਤੀ ਜਾਏਗੀ। ਸ਼ਾਹਪੁਰ ਪਿੰਡ ਦੇ ਵਿੱਚ ਇੱਕ ਲੜਾਈ ਹੋਈ ਸੀ ਜਿਹੜਾ ਅਰਨੀਵਾਲ ਦੇ ਵਿੱਚ ਪੈਂਦਾ ਹੈਗਾ ਜੀ। ਉਹਦੇ 'ਚ ਦੋ ਪਾਰਟੀਆਂ ਸੀ, ਉਹਦਾ ਖਾਲੇ ਦਾ ਰੌਲਾ ਹੈਗਾ। ਪਹਿਲੇ ਵੀ ਕਿਹਾ FIR ਦਰਜ ਹੋਈ ਹੈ 2022 ਦੇ ਵਿੱਚ, ਅਤੇ ਉਹਦੇ ਸੰਬੰਧ ਦੇ ਵਿੱਚ ਅੱਜ ਦੁਆਰਾ ਫਿਰ ਦੋਨਾਂ ਪਾਰਟੀਆਂ ਦੇ ਵਿੱਚ ਲੜਾਈ ਹੋਈ ਹੈ ਅਤੇ ਇੱਕ ਜਿਹੜਾ ਬਜ਼ੁਰਗ ਬੰਦਾ ਸੀਗਾ ਉਹਦੇ ਇੱਥੇ ਸਿਰ 'ਤੇ ਵੱਜੀ ਹੈਗੀ, ਇਸ ਬਸ ਉਹਦੀ ਡੈਥ ਹੋਈ ਹੈ। ਹੁਣ ਇਹ MLR ਤੋਂ ਪਤਾ ਲੱਗੇਗਾ ਵੀ ਸ਼ਾਰਪ ਹੈ ਵੀ ਕੀ ਹੈਗੀ ਜਾਂ ਕੋਈ ਪੱਥਰ ਵੱਜਿਆ ਜਾਂ ਕੀ ਹੈਗਾ, ਅਤੇ ਹੁਣ ਜਿਸ ਤਰ੍ਹਾਂ ਦਾ ਉਹ ਬਿਆਨ ਵਗੈਰਾ ਲਿਖਾਣਗੇ ਜਿਹਦੇ ਖਿਲਾਫ਼ ਉਹ ਬਣਦੀ ਹੋਈ ਕਾਰਵਾਈ ਉਹ ਮਚ ਲਿਆਉਂਦੀ ਜਾਏਗੀ। ਸਰ ਮਰਡਰ ਇਹ ਕਿ ਹਾਦਸੇ ਦੌਰਾਨ ਹੀ, ਝਗੜੇ ਦੌਰਾਨ ਹੀ ਜਿਹੜਾ ਇਹ ਮੌਤ ਹੋਈ? ਨਹੀਂ, ਜਿਹੜੇ ਝਗੜੇ ਦੇ ਦੌਰਾਨ ਹੀ ਮੌਤ ਹੋਈ ਹੈ ਕਿਉਂਕਿ ਉਹਦੇ ਸੱਟ ਵੀ ਇੱਥੇ ਵੱਜੀ, ਮੈਂ ਡੈਡ ਬੋਡੀ ਦੇਖੀ ਹੈਗੀ ਹੈ। ਬਾਕੀ ਜਿਹੜਾ ਇਹਦਾ ਜਿਹੜਾ ਕਾਰਨ ਹੋਏਗਾ ਵੀ ਹਾਰਟ ਅਟੈਕ ਹੁੰਦਾ ਜਾਂ ਕੋਈ ਹੋਰ ਚੀਜ਼ ਹੁੰਦੀ ਹੈ ਉਹ ਡਾਕਟਰ ਜਿਹੜੀ ਆਪਣੀ ਰਿਪੋਰਟ ਦੇ ਦੱਸ ਸਕਦੇ ਹੈਗੇ। ਮੇਰੇ ਵੱਲੋਂ ਤਾਂ ਜਿਹੜਾ ਹੋਏਗਾ ਵੀ FIR ਲੌਂਚ ਕਰਕੇ ਤਦ ਹੀ ਹੋਣੀ ਜਿਸ ਵੇਲੇ ਨਾ ਕੋਈ ਬੰਦਾ ਬਿਆਨ ਲਿਖਾਇਆ ਕਿਹਦੇ ਖਿਲਾਫ਼ ਹੋਏਗਾ। ਪਰਿਵਾਰ ਦੇ ਮੈਂਬਰਾਂ ਨੂੰ ਮਿਲਿਓ ਤਾਂ ਕੀ ਕੁਛ ਉਹਨਾਂ ਨੇ ਦੱਸਿਆ ਤੁਹਾਨੂੰ? ਪਰਿਵਾਰ ਦੇ ਮੈਂਬਰਾਂ 'ਚ ਇਹੀ ਰੋਸ ਸੀਗਾ ਵੀ ਪਹਿਲੇ ਵੀ ਸਾਡੇ ਨਾਲ ਲੜੇ ਗਏ, ਪਹਿਲੇ ਵੀ ਪਰਚੇ ਦਰਜ ਹੋਏ, ਉਸ ਤੋਂ ਬਾਅਦ ਫਿਰ ਇਹਨਾਂ ਨੇ ਪੰਗਾ ਲਿੱਤਾ ਹੈਗਾ ਕਿ ਅਸੀਂ ਤਾਂ ਕੋਈ ਹੋਈ ਸਾਡੀ ਮਨਸਾ ਸੀਗੀ ਨਹੀਂ ਵੀ ਸਾਡਾ ਸਰਪੰਚ ਦਾ ਪਰਿਵਾਰ ਹੈ ਅਤੇ ਜਿਹੜੇ ਸੀਗੇ ਪੇੜ ਪੂੜ ਕੱਟਦੇ ਸੀ ਅਸੀਂ ਵੀ ਪੇੜ ਨਾ ਕੱਟੋ ਜਦ ਤੱਕ ਖੌਲੇ ਦਾ ਹੈਗਾ, ਉਹ ਕੋਰਟ 'ਚ ਚੱਲ ਰਿਹਾ ਹੈਗਾ। ਸੋ ਲੜਾਈ ਤਾਂ ਉੱਥੇ ਹੋਈ ਹੈਗੀ ਤਾਂ ਸਰ ਫੱਟੜ ਵੀ ਹੋਏ ਨੇ ਜੀ ਇਸ ਹਾਦਸੇ? ਹਾਂ ਜੀ, 3-4 ਬੰਦੇ ਜਿਹੜੇ ਹੈਗੇ, ਇੱਕ ਪਾਰਟੀ ਦੇ ਜਿਹਦੀ ਡੈਥ ਹੋਈ ਉਹਨਾਂ 'ਚ 3 ਬੰਦੇ ਫੱਟੜ ਹੋਏ, ਉਹਨੂੰ ਮੈਂ ਮਿਲ ਕੇ ਆਇਆ। ਦੂਸਰੇ ਬੰਦੇ ਕਹਿੰਦੇ ਫੱਟੜ ਹੋਏ ਪਰ ਉਹ ਇੱਥੇ ਨਹੀਂ ਐਡਮਿਟ ਹੈਗੇ, ਹੁਣ ਦੇਖੋ ਕਿੱਥੋਂ ਦੀ ਕੁਐਸਚਨ ਵਗੈਰਾ ਆਉਂਦੀ ਵੀ ਕਿੱਥੇ ਐਡਮਿਟ ਹੋਈ ਹੈ। ਅਤੇ ਸੈਕਿੰਡ ਜਿਹੜਾ ਮ੍ਰਿਤਕ ਹੈ ਉਹ ਸਰਪੰਚ ਦਾ ਬ੍ਰਦਰ? ਹਾਂ, ਉਹ ਬ੍ਰਦਰ ਹੈਗੇ, ਸਰਪੰਚ ਦਾ ਬ੍ਰਦਰ ਹੈਗੇ। ਜਿਹੜੀ ਜ਼ਮੀਨ ਦੀ ਗੱਲ ਜਾਂ ਦਰਖਤਾਂ ਦੀ ਗੱਲ ਹੋ ਰਹੀ ਹੈ ਕਿ ਸਰਕਾਰੀ ਥਾਂ 'ਤੇ ਸੀਗੇ ਜਾਂ ਕਿਸ ਤਰ੍ਹਾਂ ਥਾਂ 'ਤੇ ਸੀਗੇ ਜਿਹੜੀ ਇਹ ਜਿਹਨੇ ਇਹਨਾਂ ਦੀ ਆਪਣੀ ਪ੍ਰੋਪਰਟੀ ਹੈਗੀ ਪਰ ਉਹਨਾਂ 'ਚ ਡਿਸਟ੍ਰੀਬਿਊਸ਼ਨ ਵਗੈਰਾ ਵਿੱਚ ਸ਼ਾਇਦ ਹੋਈ ਵੀ ਹੈ, ਵਿੱਚ ਹੋਣੀ ਵੀ ਹੈਗੀ, ਜਿਹੜਾ ਖਾਲੇ ਦਾ ਰੌਲਾ ਪੈ ਰਿਹਾ ਉਹਦੇ ਡਿਸਟ੍ਰੀਬਿਊਸ਼ਨ ਵਾਲੇ ਹੋਣੀ ਹੈਗੀ ਹੈ। ਉਹ ਕਹਿੰਦੇ ਵੀ ਸਾਡਾ ਹੈਗਾ ਅਤੇ ਉਹ ਵੀ ਕੋਰਟ 'ਚ ਕੇਸ ਚੱਲ ਰਿਹਾ, ਜਦ ਤੱਕ ਤਾਂ ਬੰਦੇ ਨੂੰ ਵੇਟ ਕਰ ਲੈਣੀ ਚਾਹੀਦੀ ਵੀ ਜੇ ਅਗਰ ਸਾਡਾ ਕੋਰਟ 'ਚ ਚੱਲ ਰਿਹਾ ਜੋ ਸਾਨੂੰ ਕੋਰਟ ਆਰਡਰ ਦੇਗੀ ਤਾਂ ਅਸੀਂ ਉਹ ਕਰਾਂਗੇ, ਜਾਂ ਕੋਈ ਸਾਡੇ ਕੋਲ ਇੱਥੇ ਆ ਜਾਂਦਾ ਵੀ ਸਾਡੀ ਲੜਾਈ ਹੋਣ ਦੀ ਮੰਸ਼ ਹੈਗੀ ਜਾਂ ਕੁਛ ਹੈਗੀ, ਇਹੋ ਜਿਹੀ ਤਾਂ ਕੋਈ ਗੱਲ ਹੋਈ ਨਹੀਂ ਸੀ ਪਰ ਇਹ ਵੀ ਅੱਜ ਅਨਫੋਰਚੁਨੇਟ ਲੜਾਈ ਹੋਈ ਹੈ ਉੱਥੇ। ਸਰ ਕਿਹੜੀਆਂ ਧਾਰਾਵਾਂ ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਜਾ ਰਿਹਾ? ਦੇਖੋ ਹੁਣ ਉਹਦੇ ਬਿਆਨ ਦੇ ਉੱਪਰ ਹੈਗਾ ਬਾਈ 302 ਤਾਂ ਲੱਗੇਗੀ, ਜਿਹੜਾ ਬਿਆਨ ਹੈਗਾ ਉਹਦੇ ਹਿਸਾਬ ਨਾਲ ਹੋਰ ਕਿੰਨੀ ਸੱਟਾਂ ਵੱਜੀਆਂ ਹੈਗੀਆਂ ਜਾਂ ਹੋਰ ਕਿੰਨੇ ਬੰਦੇ ਐਡਮਿਟ ਨੇ, ਹੋਰ ਉਹਨਾਂ ਦੀ ਮੰਸ਼ਾ ਵਗੈਰਾ ਕੀ ਸੀਗੀ ਜਾਂ ਕੋਈ ਵੈਪਨ ਕਿਹੜਾ ਉਹਦੇ ਕੋਲ ਸੀਗਾ, ਉਸ ਹਿਸਾਬ ਨਾਲ ਦੇਖ ਲੈਂਦੇ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ ਸਰ।